ਤੇ ਮੈਂ ਅੱਜ ਆਇਆ ਸੀ ਫਤਿਹਗੜ੍ਹ ਸਰਹੰਦ ਜਿਹਦਾ ਗੁਰਦੁਆਰਾ ਠੰਡਾ ਬੁਰਜ ਲੇਕਿਨ ਉਹਨਾਂ ਹੈਲੋ ਐਵਰੀਵਨ, ਸਾਰਿਆਂ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ। ਉਮੀਦ ਕਰਦਾ ਬਿਲਕੁਲ ਤੁਸੀਂ ਠੀਕ ਹੀ ਹੋਵੋਗੇ, ਠੀਕ ਹੀ ਰਹਿਣਾ। ਮੈਂ ਤੁਹਾਡਾ ਆਪਣਾ ਕੈਫੇ ਦਾ ਗੜ ਅਤੇ ਤੁਸੀਂ ਕੈਫੇ ਦਾ ਬਲੌਗ। ਅਤੇ ਮੈਂ ਅੱਜ ਆ ਰਿਹਾ ਸੀ ਫਤਿਹਗੜ੍ਹ ਸਰਹੰਦ ਅਤੇ ਉੱਥੇ ਦਰਸ਼ਨ ਕਰਨ ਜਾ ਰਿਹਾ ਸੀਗਾ। ਇਸ ਵਕਤ ਸਵੇਰ ਦੇ ਵੱਜ ਚੁੱਕੇ ਨੇਗੇ, 6:30 ਹੋ ਚੁੱਕੇ ਨੇਗੇ ਮੋਰਨਿੰਗ ਦੇ, ਅਤੇ ਮੈਨੂੰ ਜਾਣ ਲਈ ਤਕਰੀਬਨ ਲੱਗ ਜਾਣਗੇ 2 ਘੰਟੇ। ਬਾਹਰ ਬਹੁਤ ਜ਼ਿਆਦਾ ਠੰਡ ਵੀ ਆ, ਧੁੰਦ ਵੀ ਪੈ ਰਹੀ ਹੈਗੀ, ਅਤੇ ਇਸ ਵਕਤ ਬਾਹਰ ਹਨੇਰਾ ਵੀ ਹੈਗਾ। ਅਤੇ ਉੱਥੇ ਪਹੁੰਚਣ ਦੇ ਲਈ ਮੈਨੂੰ ਤਕਰੀਬਨ 2 ਘੰਟੇ ਲੱਗ ਜਾਣਗੇ, ਤਕਰੀਬਨ 8:30 ਤੱਕ ਮੈਂ ਪਹੁੰਚਾਂਗਾ ਫਤਿਹਗੜ੍ਹ ਸਰਹੰਦ। ਅਤੇ ਬਾਕੀ ਤੁਸੀਂ ਵੀ ਬਲੌਗ ਦੇ ਵਿੱਚ ਬਣੇ ਰਹੋ, ਅਤੇ ਬਸ ਹੁਣ ਚੱਲਦਿਆਂ ਦੇਰ ਨਹੀਂ ਕਰਨੀ ਚਾਹੀਦੀ, ਕਿਉਂਕਿ ਉਸ ਤੋਂ ਬਾਅਦ ਕਾਫੀ ਇਕੱਠ ਵੀ ਹੋਣਾ ਸ਼ੁਰੂ ਹੋ ਜਾਂਦਾ ਗਾ। ਅਤੇ ਫਿਲਹਾਲ ਇਸ ਵਕਤ ਮੋਰਨਿੰਗ ਆ ਗਈ, ਬਾਹਰ ਹਨੇਰਾ ਗਾ, ਅਤੇ ਬਸ ਚੱਲਦਿਆਂ ਮੈਂ ਜਾਊਂਗਾ ਬਾਈਕ 'ਤੇ। ਅਤੇ ਤਿਆਰ ਮੈਂ ਹੋ ਚੁੱਕਿਆ ਸੀਗਾ, ਤਕਰੀਬਨ ਮੈਂ 4:30 ਉੱਠ ਖੜਿਆ ਸੀਗਾ ਮੋਰਨਿੰਗ, ਅਤੇ ਬਸ ਤਿਆਰ ਹੁੰਦੇ ਹੁੰਦੇ ਟਾਈਮ ਲੱਗ ਗਿਆ, ਅਤੇ ਦੁੱਧ ਵਗੈਰਾ ਮੈਂ ਪੀ ਲਿਆ ਸੀ, ਖਾਣਾ ਮੈਂ ਬਿਲਕੁਲ ਨਹੀਂ ਖਾਧਾ। ਅਤੇ ਨੈਕਸਟ ਡੇ ਹੁਣ ਆਪਾਂ ਚੱਲਣਾ ਚਾਹੀਦਾ ਗਾ, ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ ਗੀ, ਕਿਉਂਕਿ ਥੋੜ੍ਹੀ ਜਿਹੀ ਠੰਡ ਵੀ ਹੈ ਨਾ, ਮੈਂ ਜ਼ਿਆਦਾ ਤੇਜ਼ ਵੀ ਨਹੀਂ ਜਾਊਂਗਾ। ਬਾਕੀ ਟਾਈਮ ਦੱਸੂਗਾ ਵੀ ਕਿੱਦਾਂ ਕੰਡੀਸ਼ਨ ਬਣ ਰਹੀ ਹੈਗੀ, ਅਤੇ ਬਾਕੀ ਠੰਡ ਬਹੁਤ ਆ। ਬਾਕੀ ਜਿਸਤਾਨੇ ਮੈਂ ਲੈ ਕੇ ਜਾਊਂਗਾ, ਠੰਡ ਇਸ ਕਰਕੇ ਨਾ, ਜਿਸਤਾਨੇ ਮੇਰੇ ਗਲਵਸ ਮੇਰੇ ਆ ਪਏ ਨੇਗੇ, ਅਤੇ ਬਸ ਇਹ ਪਾਵਾਂਗੇ ਫਿਰ ਚੱਲ ਦਿਆਂਗੇ। ਅਤੇ ਮੈਂ ਮਿਲਦਾ ਹੁਣ ਸਾਨੂੰ ਬਾਈਕ 'ਤੇ। ਓਕੇ ਗਾਇਸ, ਧੁੰਦ ਹੈਗੀ ਆ, ਬਟ ਜ਼ਿਆਦਾ ਨਹੀਂ ਹੈਗੀ, ਥੋੜ੍ਹੀ ਹੈਗੀ ਧੁੰਦ, ਚਲੋ ਧੁੰਦ ਥੋੜ੍ਹੀ ਹੈਗੀ ਆ, ਬਸ ਹੁਣ ਚੱਲਦੇ ਆਗੇ। ਦੇਖੋ ਇੰਨਾ ਕੁਛ ਸਿੱਕੇ ਮੈਨੇ, ਚਾਰਜਰ ਹੋ ਗਿਆ, ਅਤੇ ਉਸ ਤੋਂ ਬਾਅਦ ਹੋ ਗਿਆ ਵੀ ਬੈਕ ਚਾਰਜਰ ਹੋ ਗਿਆ, ਗਲਵਸ ਹੋ ਗਏ, ਰੁਮਾਲ ਹੋ ਗਿਆ, ਅਤੇ ਇਹ ਸਾਰਾ ਕੁਛ ਨਾਲ ਲੈ ਕੇ ਜਾ ਰਿਹਾ, ਲੋੜ ਪੈ ਜੀ ਇਸ ਕਰਕੇ। ਅਤੇ ਹੁਣ ਚੱਲਦੇ ਨੀਚੇ। ਬਾਹਰ ਜੇ ਦੇਖਿਆ ਜਾਵੇ ਧੁੰਦ ਹੈਗੀ ਆ, ਬਟ ਹੁਣ ਧੁੰਦ ਹੋਣੀ ਸ਼ੁਰੂ ਹੋ ਗਈ। ਜਦੋਂ ਪਹਿਲਾਂ ਮੋਰਨਿੰਗ ਉੱਠੇ ਸੀ ਉਦੋਂ ਜ਼ਿਆਦਾ ਧੁੰਦ ਨਹੀਂ ਸੀਗੀ, ਲੇਕਿਨ ਹੁਣ ਧੁੰਦ ਹੋਣੀ ਸ਼ੁਰੂ ਹੋ ਚੁੱਕੀ ਹੈਗੀ। ਰਾਹ ਜਾਂਦੇ ਮੈਨੂੰ ਲੱਗਦਾ ਮੋਸਟਲੀ ਮੈਨੂੰ ਬਹੁਤ ਜ਼ਿਆਦਾ ਧੁੰਦ ਮਿਲੂਗੀ, ਅਤੇ ਹਨੇਰਾ ਵੀ ਹੈਗਾ ਬਾਹਰ, ਅਤੇ ਹੁਣ ਚੱਲਦੇ ਹਾਂ ਕਿ ਬਾਈਕ 'ਤੇ। ਓਕੇ, ਬਾਈਕ ਮੇਰੀ ਆ ਖੜ੍ਹੀ ਹੈਗੀ, ਅਤੇ ਥੋੜ੍ਹਾ ਜਿਹਾ ਐਡਜਸਟਮੈਂਟ ਕਰਨੀ ਪਊਗੀ ਹਨੇਰਾ ਨਾ, ਇਸ ਕਰਕੇ ਲਾਈਟ 'ਤੇ ਵੈਸੇ ਲੱਗੀ ਹੋਈ ਆ, ਅਤੇ ਥੋੜ੍ਹੀ ਥੋੜ੍ਹਾ ਜਿਹਾ ਸਟਾਰਟ ਕਰਦੇ ਆ ਬਾਈਕ ਨੂੰ। ਓਕੇ ਗਾਈਸ, ਮੈਂ ਆ ਗਿਆ ਸੀ ਆਪਣੇ ਬਾਈਕ ਦੇ ਕੋਲ, ਆ ਗਿਆ ਸੀ, ਬਾਈਕ ਸਟਾਰਟ ਕਰਦੇ ਹਾਂ, ਬਸ ਵਿੱਚ ਚੱਲਦੇ ਹਾਂਗੇ। ਹੁਣ ਤੁਸੀਂ ਦੇਖਿਆ ਬਾਹਰ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈਗੀ, ਅਤੇ ਮੈਨੂੰ ਲੱਗਦਾ ਕਿ 8:30 ਤਾਂ ਵੱਜਣਗੇ ਵੱਜਣਗੇ, ਜੇ ਮੈਂ ਰਾਤ ਵਿੱਚ ਧੁੰਦ ਮਿਲ ਗਈ ਤਾਂ, ਅਦਰਵਾਈਜ਼ ਤਾਂ ਫਿਰ ਆਪਾਂ ਚੱਲਾਂਗੇ। ਮੋਸਟਲੀ ਮੈਨੂੰ ਲੱਗਦਾ ਕਿ 8:30 ਵੱਜ ਜਾਣਗੇ, ਅਤੇ ਬਾਕੀ ਦੇਖਦੇ ਹਾਂਗੇ, ਅਤੇ ਬਸ ਬਾਈਕ ਸਟਾਰਟ ਕਰਦੇ ਹਾਂ ਫਿਰ ਚੱਲਦੇ ਹਾਂਗੇ। ਬਹੁਤ ਜ਼ਿਆਦਾ ਧੁੰਦ, ਅਤੇ ਤੁਸੀਂ ਦੇਖ ਸਕਦੇ ਹਨੇਰਾ ਨਾ ਥੋੜ੍ਹਾ ਥੋੜ੍ਹਾ ਹਾਲੇ। ਰਾਈਟ ਨੂੰ ਮੁੜਨਾ ਗਾ ਇੱਥੋਂ, ਅਤੇ ਆਪਣੇ ਭਾਦਸੋ ਨੂੰ ਜਾਣਾ ਗਾ। ਓਕੇ ਗਾਈਸ, ਅਤੇ ਮੈਂ ਹੁਣ ਆਪਾਂ ਕ੍ਰੋਸ ਕਰ ਰਹੇ ਹੈਗਾ, ਅਤੇ ਜੋ ਸਾਹਮਣੇ ਰਸਤਾ ਜਾਂਦਾ ਸੀ ਜਾਂਦਾ ਪਟਿਆਲੇ, ਅਤੇ ਮੈਂ ਇੱਥੋਂ ਮੁੜਨਾ ਗਾ ਲੈਫਟ, ਯਾਨੀ ਕਿ ਸਿੱਧਾ ਜਾਣਾ ਆਪਣੇ ਇਹ ਪਟਿਆਲੇ ਦਾ ਰਸਤਾ ਜਾਂਦਾ ਇਹ ਵਾਲਾ, ਅਤੇ ਆਪਾਂ ਜਾਣੇ ਇੱਥੋਂ ਸਿੱਧਾ ਭਾਦਸੋ। ਮੈਂ ਪਾ ਰਿਹਾ ਸੀ ਬਾਈਕ ਦੇ ਵਿੱਚ ਹੁਣ ਤੇਲ, ਅਤੇ ਠੰਡ ਬਹੁਤ ਜ਼ਿਆਦਾ ਵੀ ਖੋਲ੍ਹੇ ਖੋਲ੍ਹੀ ਯਾਰ, ਪੈਟਰੋਲ ਪਾ ਰਿਹਾ ਬਾਈਕ ਦੇ ਵਿੱਚ, ਠੰਡ ਬਹੁਤ ਜ਼ਿਆਦਾ। ਬਾਕੀ ਪਾ ਲਿਆ ਸੀਗਾ, ਮੈਂ ਪਾ ਲਿਆ ਸੀਗਾ ਪੈਟਰੋਲ, ਧੁੰਦ ਵੀ ਬਹੁਤ ਹੀ ਜ਼ਿਆਦਾ ਗੀ। ਅਤੇ ਹੁਣੀ ਪਹੁੰਚਿਆ ਗਾ, ਅਤੇ ਤਕਰੀਬਨ ਆਈ ਥਿੰਕ 8:30 ਹੋ ਜਾਣਗੇ ਮੇ ਵੀ,
ਤੇ ਇਸ ਵਕਤ ਮੈਂ ਪਾਰਕਿੰਗ ਦੇ ਵਿੱਚ ਖੜਾ ਸੀਗਾ ਤੇ ਸਾਹਮਣੇ ਉਸ ਸਾਈਡ ਨੂੰ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਉਸ ਤੋਂ ਬਾਅਦ ਕੀ ਹੈਗਾ ਕਿ ਮੇਰੇ ਸਾਰੇ ਜਿਹੜੇ ਕੋਟ ਪਾਇਆ ਸੀਗਾ ਸਾਰਾ ਧੁੰਦ ਦੇ ਨਾਲ ਗਿੱਲਾ ਹੋ ਚੁੱਕਿਆ ਹੈਗਾ ਬਟ ਅੰਦਰੋਂ ਠੀਕ ਹੈਗਾ ਬਾਹਰੋਂ ਤਾਂ ਤਕਰੀਬਨ ਸਾਰਾ ਹੀ ਇਹ ਭਿੱਜਿਆ ਪਿਆ ਹੈਗਾ ਅਤੇ ਉਸ ਤੋਂ ਬਾਅਦ ਕਿ ਪੈਂਟ ਵੀ ਸਾਰੀ ਗੰਦੀ ਹੋਈ ਪਈ ਉਦੋਂ ਅਤੇ ਨੈਕਸਟ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਦੇ ਲਈ ਅਤੇ ਬਸ ਠੰਡ ਕਾਫੀ ਜ਼ਿਆਦਾ ਗਈ ਗੁਰਦੁਆਰਾ ਸਾਹਿਬ ਵਿੱਚ ਹੁਣ ਜਾ ਰਹੇ ਹਾਂਗੇ ਗੁਰਦੁਆਰਾ ਸਾਹਿਬ ਬਟ ਧੁੰਦ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਏ ਡੀ ਓ ਡੀ ਸਾਹਿਬ ਇਸ ਵਕਤ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਗੁਰਦੁਆਰਾ ਸਾਹਿਬ ਵਿੱਚ ਪਹੁੰਚੀਏ ਸੀ ਇਹ ਸੀ ਜੋੜਾ ਘਰ ਅਤੇ ਇੱਥੇ ਮੈਂ ਹੁਣ ਆਪਣੇ ਬੂਟ ਜਮ੍ਹਾਂ ਕਰਾਵਾਂਗਾ ਓਕੇ ਮੈਂ ਜੋੜੇ ਜਮ੍ਹਾਂ ਕਰਾਤੇ ਸੀਗੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਜਨਮ ਪਿਛੜੀ ਸੀ ਮਾਧੋ ਕੀ ਜਨਮ ਤੁਮਾਰੀ ਲਿਖੀ ਕਹਿ ਰਵਿਦਾਸ ਆਸ ਲਗ ਜੀਵੋ ਸਿਰ ਭਇਓ ਦਰਸ਼ਨ ਦੇਖੇ ਜੇ ਰਹਿਆ ਸੁਮਾਈ ਰਹਾਓ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਆਇਆ ਸੀਗਾ ਅਤੇ ਕਾਫੀ ਜ਼ਿਆਦਾ ਸੰਗਤ ਆ ਗਈ ਹੁਣ ਤਾਂ ਇੱਧਰ ਲੰਗਰ ਹਾਲ ਇਹ ਸੀ ਠੰਡਾ ਬੁਰਜ ਅਤੇ ਮੈਂ ਹੁਣ ਠੰਡੇ ਬੁਰਜ ਵਿੱਚ ਜਾ ਰਿਹਾ ਸੀ ਠੰਡਾ ਬੁਰਜ ਅਸੀਂ ਗੁਰਦੁਆਰਾ ਠੰਡਾ ਬੁਰਜ ਜੋ ਕਿ ਉਹਨਾਂ ਟਾਈਮਾਂ ਦੇ ਵਿੱਚ ਉਰੇ ਛੋਟੇ ਸਾਹਿਬਜ਼ਾਦੇ ਕੈਦ ਕਰਕੇ ਰੱਖਿਆ ਗਿਆ ਸੀ ਅਤੇ ਉਹ ਸਥਾਨ ਇਹ ਅਤੇ ਇਹ ਯਾਦਗਾਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅਤੇ ਆਪਾਂ ਇਸ ਸਾਈਡ 'ਤੇ ਵੀ ਜਾਵਾਂਗੇ ਅਤੇ ਫਿਲਹਾਲ ਇਸ ਵਕਤ ਸੀਗਾ ਮੈਂ ਮਾਤਾ ਗੁਜਰੀ ਕੌਰ ਜੀ ਦੇ ਗੁਰਦੁਆਰਾ ਸਾਹਿਬ ਠੰਡੇ ਬੁਰਜ ਦੇ ਵਿੱਚ ਉਰੋ ਠੰਡਾ ਬੁਰਜ ਜੋ ਤੁਸੀਂ ਸਹੀ ਤਰੀਕੇ ਨਾਲ ਦੇਖ ਸਕਦੇ ਹੋਵੇ ਅਤੇ ਇੱਥੇ ਹੀ ਛੋਟੇ ਸਾਹਿਬਜ਼ਾਦੇ ਸਾਹਿਬ ਜ਼ੋਰਾਵਰ ਸਿੰਘ ਜੀ ਫਤਿਹ ਸਿੰਘ ਜੀ ਨੂੰ ਰੱਖਿਆ ਗਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਅਤੇ ਮਾਤਾ ਗੁਜਰ ਕੌਰ ਜੀ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਸੀਗਾ ਅਤੇ ਫੀਲ ਕਰ ਸਕਦੇ ਹਾਂ ਉਸ ਸਮੇਂ ਕਿੰਨੀ ਠੰਡ ਹੋ ਗਈ ਜੇ ਆਪਣੀ ਠੰਡ ਲੱਗ ਸਕੇ ਉਸ ਸਮੇਂ ਕਿੰਨੀ ਠੰਡ ਹੋ ਗਈ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਉਰੇ ਰੱਖਿਆ ਗਿਆ ਸੀਗਾ ਕੈਦ ਕਰਕੇ ਅਤੇ ਇਹ ਠੰਡਾ ਬੁਰਜ ਹੁਣ ਮੈਂ ਜਾ ਰਿਹਾ ਸੀਗਾ ਯਾਦਗਾਰ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਜੋ ਉਹਨਾਂ ਦੀ ਯਾਦਗਾਰ ਬਣੀ ਹੋਈ ਆ ਹੁਣ ਉੱਧਰ ਨੂੰ ਜਾ ਰਿਹਾ ਸੀ ਅਤੇ ਇਹ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਗਾ
ਯਾਦਗਾਰ ਬਣੀ ਉਹਨਾਂ ਦੀ ਅਤੇ ਹੁਣ ਆਪਾਂ ਚੱਲਦੇ ਉਹਨਾਂ ਦੀ ਯਾਦਗਾਰ ਦੇਖਣ ਦੇ ਲਈ। ਬਹੁਤ ਵੱਡਾ ਉਹਨਾਂ ਦੀ ਯਾਦ ਵਿੱਚ ਯਾਦਗਾਰ ਬਣਾਈ ਗਈ ਹੈਗੀ ਅਤੇ ਆਪਾਂ ਹੁਣ ਜਾ ਕੇ ਅਤੇ ਇਹ ਸੀ ਉਹਨਾਂ ਦੀ ਯਾਦਗਾਰ ਮੋਤੀ ਰਾਮ ਮਹਿਰਾ ਜੀ ਦੀ। ਇਹ ਬਹੁਤ ਹੀ ਵਧੀਆ ਪਾਰਕ ਬਣਿਆ ਉਰੇ ਅਤੇ ਇੱਧਰ ਵੀ ਅਤੇ ਪਾਰਕ ਬਣਿਆ ਹੋਇਆ ਇੱਧਰ ਇਸ ਇੱਥੋਂ ਐਵੇਂ ਬਣਿਆ ਸੀ ਉਹ ਸਾਹਮਣੇ ਉਹਨਾਂ ਦਾ ਸਮਾਰਕ ਅਤੇ ਉੱਥੇ ਉਹ ਸਾਰਾ ਇਤਿਹਾਸ ਲਿਖਿਆ ਗਿਆ ਹੈਗਾ ਸਾਰਾ ਕੁਛ ਅਤੇ ਆਪਾਂ ਉਹ ਜਾ ਕੇ ਪੜ੍ਹਾਂਗੇ। ਠੰਡਾ ਬੁਰਜ ਦਿਸ ਰਿਹਾ ਹੈਗਾ ਇਹ ਸਮਾਰਕ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਮੋਤੀ ਰਾਮ ਮਹਿਰਾ ਜੀ ਦੀ ਅਤੇ ਉਹਦੇ ਸਾਹਮਣੇ ਇਤਿਹਾਸ ਵੀ ਲਿਖਿਆ ਗਿਆ ਆਪਾਂ ਉਹ ਜਾ ਕੇ ਦੇਖਦੇ ਹਾਂ। ਇਹ ਇਤਿਹਾਸ ਲਿਖਿਆ ਹੋਇਆ ਮੋਤੀ ਰਾਮ ਮਹਿਰਾ ਜੀ ਦਾ। ਅਤੇ ਇਹ ਸਮਾਰਕ ਤੁਸੀਂ ਦੇਖ ਸਕਦੇ ਹੋ ਅਤੇ ਮੈਂ ਸੀਗਾ ਇਸ ਵਕਤ ਮੋਤੀ ਰਾਮ ਮਹਿਰਾ ਜੀ ਦੇ ਜੋ ਯਾਦਗਾਰ ਬਣੀ ਉੱਥੇ ਸੀਗਾ ਅਤੇ ਨੈਕਸਟ ਹੁਣ ਚੱਲਦੇ ਆਪਾਂ ਹੁਣ ਸਰੋਵਰ ਸਾਹਿਬ ਨੂੰ ਅਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਜੋਤੀ ਸਰੂਪ ਜੋ ਗੁਰਦੁਆਰਾ ਉੱਥੇ ਵੀ ਜਾਵਾਂਗੇ ਅਤੇ ਫਿਲਹਾਲ ਤਾਂ ਮੈਂ ਹਾਲੇ ਇੱਥੇ ਹੀ ਆਵਾਂਗਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਛ ਟਾਈਮ ਹੋਰ ਅਤੇ ਨੈਕਸਟ ਫਿਰ ਆਪਾਂ ਚੱਲਾਂਗੇ ਜੋਤੀ ਸਰੂਪ ਜੋ ਗੁਰਦੁਆਰਾ ਉੱਥੇ ਜਾਊਂਗਾ ਅਤੇ ਫਿਲਹਾਲ ਤਾਂ ਉਰੇ ਸੀਗਾ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਜੋ ਕਿ ਹੁਣ ਤੱਕ ਤੁਸੀਂ ਦੇਖਿਆ ਹੈਗਾ ਅਤੇ ਆਹ ਇੱਕ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈਗਾ ਉਹਨਾਂ ਦੀ ਯਾਦਗਾਰ ਦੇ ਵਿੱਚ ਅਤੇ ਉਹ ਸਾਹਮਣੇ ਠੰਡਾ ਬੁਰਜ ਨਜ਼ਰ ਆ ਰਿਹਾ ਹੈਗਾ ਲੇਕਿਨ ਧੁੰਦ ਬਹੁਤ ਜ਼ਿਆਦਾ ਗਈ ਠੰਡ ਵੀ ਬਹੁਤ ਜ਼ਿਆਦਾ ਗਈ। ਇਹ ਸੀ ਸਰੋਵਰ ਹਾਲ ਮਾਤਾ ਗੁਜਰੀ ਜੀ ਚੱਲਦੇ ਲੰਗਰ ਹਾਲ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਉਰੇ ਆਈ ਹੋਈ ਹੈ ਇਸ ਵਕਤ ਲੰਗਰ ਛਕਣ ਦੇ ਲਈ। ਇਸ ਸਾਈਡ 'ਤੇ ਚੱਲ ਰਿਹਾ ਚਾਹ ਦਾ ਲੰਗਰ ਇਹ ਸੀ ਲੰਗਰ ਹਾਲ। A few moments later. ਓਕੇ ਮੈਂ ਲੰਗਰ ਛਕਿਆ ਸੀਗਾ ਅਤੇ ਹੁਣ ਮੈਂ ਜੋੜਿਆ ਕਰ ਸਾਈਡ ਅਤੇ ਮੈਂ ਇੱਥੇ ਹੁਣ ਲੋਕ ਆਪਣੇ ਸ਼ੂਜ਼ ਜੋ ਜਮ੍ਹਾਂ ਕਰਾਏ ਸੀਗੇ। ਇਹ ਜੋਰਾਵਰ ਫਤਿਹ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਇਮਾਰਤ ਕਾਫੀ ਜ਼ਿਆਦਾ ਸੰਗਤ ਆ ਚੁੱਕੀ ਹੈਗੀ ਹੁਣ ਤੁਸੀਂ ਦੇਖ ਸਕਦੇ ਹੋ ਨਾ। ਓਕੇ ਹੁਣ ਮੈਂ ਲੈਣ ਜਾ ਰਿਹਾ ਆਪਣੀ ਬਾਈਕ ਜੋ ਕਿ ਮੈਂ ਉਸ ਸਟੈਂਡ ਵਿੱਚ ਖੜਾ ਕੇ ਸੀਗਾ ਬਾਈਕ ਸਟੈਂਡ ਦੇ ਵਿੱਚ ਅਤੇ ਹੁਣ ਬਸ ਉਹੀ ਲੈਣ ਜਾ ਰਿਹਾ ਸੀਗਾ ਅਤੇ ਮੇਰੀ ਬਾਈਕ ਉੱਧਰ ਖੜੀ ਹੈਗੀ। ਮੈਂ ਹੁਣ ਜਾ ਰਿਹਾ ਸੀਗਾ ਗੁਰਦੁਆਰਾ ਜੋਤੀ ਸਰੂਪ ਵੱਲ। ਗੁਰਦੁਆਰਾ ਸਾਹਿਬ ਜੋਤੀ ਸਰੂਪ ਜਿੱਥੇ ਕਿ ਮੈਂ ਹੁਣ ਜਾਊਂਗਾ ਮੱਥਾ ਟੇਕਣ ਦੇ ਲਈ। ਬਾਈਕ ਮੈਂ ਖੜਾ ਤੇ ਸਾਹਮਣੇ ਅਤੇ ਮੈਂ ਮੱਥਾ ਟੇਕਿਆ ਸੀਗਾ ਅਤੇ ਲੰਗਰ ਵੀ ਛਕ ਲਿਆ ਸੀਗਾ ਅਤੇ ਹੁਣ ਮੈਂ ਜਾ ਰਿਹਾ ਵਾਪਸ ਘਰ ਨੂੰ ਅਤੇ ਬਹੁਤ ਅੱਛੇ ਦਰਸ਼ਨ ਹੋਏ ਦੋਨੇ ਗੁਰਦੁਆਰਿਆਂ ਵਿੱਚ ਗਿਆ। ਮੈਂ ਹੁਣ ਆਪਣੇ ਸ਼ੂਜ਼ ਲੈਣ ਜਾ ਰਿਹਾ ਹੈਗਾ ਅਤੇ ਉਹ ਜੋ ਕਿ ਜੋੜਾ ਘਰ ਦੇ ਵਿੱਚ ਜਮ੍ਹਾਂ ਕਰਾਏ ਹੋਏ ਨੇ। ਓਕੇ ਸ਼ੂਜ਼ ਮੈਂ ਪਾ ਲਏ ਸੀਗੇ ਅਤੇ ਹੁਣ ਮੈਂ ਜਾ ਰਿਹਾ ਹੈਗਾ ਆਪਣੇ ਬਾਈਕ ਸਾਈਡ ਨੂੰ ਅਤੇ ਬਸ ਹੁਣ
ਧੁੱਪ ਕਾਫੀ ਨਿਕਲੇ ਹੁਣ ਤਾਂ ਸਵੇਰ ਤਾਂ ਬਹੁਤ ਬੁਰਾ ਹਾਲ ਸੀ ਜਦੋਂ ਮੈਂ ਆਇਆ ਸੀਗਾ ਬਹੁਤ ਸੰਘਣੀ ਧੁੰਦ ਸੀਗੀ ਅਤੇ ਹੁਣ ਮੈਂ ਜਾ ਰਿਹਾ ਆਪਣੀ ਬਾਈਕ ਸਾਈਡ ਨੂੰ ਅਤੇ ਫਿਰ ਸਿੱਧੇ ਚੱਲਾਂਗੇ ਆਪਾਂ ਘਰ ਨੂੰ ਟਾਈਮ ਆਈ ਥਿੰਕ ਮਿਲਿਆ 3:30 ਹੋਣਗੇ ਸ਼ਾਇਦ ਅਤੇ ਮੈਂ 4:30 ਤੱਕ ਮੋਸਟਲੀ ਘਰ ਪਹੁੰਚੂੰਗਾ ਬਾਈਕ ਮੇਰੀ ਆ ਖੜੀ ਹੈਗੀ ਅਤੇ ਹੁਣ ਮੈਂ ਜਾਊਂਗਾ ਘਰ ਨੂੰ ਮੈਂ ਆ ਕੇ ਸੀ ਘਰ ਬਾਹਰ ਬਹੁਤ ਜ਼ਿਆਦਾ ਠੰਡ ਆ ਗਈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੇ ਹੱਥ ਨਾ ਬਿਲਕੁਲ ਠਰੇ ਪਏ ਨੇ ਇਸ ਵਕਤ ਇੰਨੀ ਜ਼ਿਆਦਾ ਬਾਹਰ ਠੰਡ ਆ ਗਈ ਸਵੇਰੇ ਮੈਨੂੰ ਜਾਂਦੇ ਬਿਲਕੁਲ ਵੀ ਠੰਡ ਨਹੀਂ ਲੱਗੀ ਜਿੰਨੀ ਮੈਨੂੰ ਹੁਣ ਲੱਗੀ ਜ਼ਿਆਦਾ ਠੰਡ ਬਟ ਮੇਰੇ ਕੱਪੜੇ ਸਾਰੇ ਇਸ ਵਕਤ ਗੰਦੇ ਹੋ ਚੁੱਕੇ ਨੇ ਕੈਮਰੇ ਸ਼ਾਇਦ ਨਹੀਂ ਦਿਖਾਈ ਦਿੰਦੇ ਹੋਣਗੇ ਅਤੇ ਕਿਉਂਕਿ ਮੇਰੀ ਪੱਗ ਵੀ ਕਾਫੀ ਜ਼ਿਆਦਾ ਗੰਦੀ ਹੋ ਗਈ ਸੀ ਕਿਉਂਕਿ ਬਾਹਰ ਡਸਟ ਬਹੁਤ ਜ਼ਿਆਦਾ ਸੀਗਾ ਅਤੇ ਨੈਕਸਟ ਕੀ ਹੈਗਾ ਦਰਸ਼ਨ ਬਹੁਤ ਵਧੀਆ ਹੋਏ ਨੇਗੇ ਤੁਸੀਂ ਹੁਣ ਤੱਕ ਬਲੌਗ ਵਿੱਚ ਦੇਖ ਹੀ ਲਿਆ ਹੋਊਗਾ ਪਹਿਲਾਂ ਗਏ ਸੀਗੇ ਸਰਹੰਦ ਗਏ ਸੀਗੇ ਉਸ ਤੋਂ ਬਨੇਰੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਉੱਥੇ ਗਏ ਜਾ ਕੇ ਸੀਗੇ ਖੈਰ ਓਵਰਆਲ ਬਹੁਤ ਵਧੀਆ ਰਿਹਾ ਹੈਗਾ ਲੇਕਿਨ ਮੋਰਨਿੰਗ ਜ਼ਿਆਦਾ ਮੈਨੂੰ ਠੰਡ ਨਹੀਂ ਲੱਗੀ ਜਿੰਨੀ ਮੈਨੂੰ ਹੁਣ ਠੰਡ ਲੱਗ ਰਹੀ ਹੈਗੀ ਅਤੇ ਮੈਂ ਹੁਣ ਵੀ ਗਲਵਸ ਪਾ ਕੇ ਲੈ ਕੇ ਆਇਆ ਮੋਰਨਿੰਗ ਤਾਂ ਪਾਈ ਹੋਏ ਸੀਗੇ ਲੇਕਿਨ ਮੈਂ ਹੁਣ ਵੀ ਗਲਵਸ ਪਾ ਕੇ ਲੈ ਕੇ ਆਏ ਗਏ ਇੰਨੀ ਜ਼ਿਆਦਾ ਬਾਹਰ ਠੰਡ ਆ ਗਈ ਲੇਕਿਨ ਮੈਂ ਹੁਣ ਪੀਊਂਗਾ ਗਰਮ ਗਰਮ ਦੁੱਧ ਜਿਸ ਪਰਪਸ ਲਈ ਮੈਂ ਗਿਆ ਸੀਗਾ ਫਤਿਹਗੜ੍ਹ ਸਾਹਿਬ ਅਤੇ ਸਰਹੰਦ ਉਹ ਤਾਂ ਬਹੁਤ ਵਧੀਆ ਹੋਇਆਗਾ ਮੈਨੂੰ ਬਹੁਤ ਅੱਛਾ ਲੱਗਿਆ ਜਾ ਕੇ ਮੈਂ ਦੁੱਧ ਪੀਊਂਗਾ ਗਰਮ ਗਰਮ ਬਾਹਰ ਚੱਲ ਰਹੀ ਹੈ ਅੰਗੀਠੀ ਅਤੇ ਜਾ ਕੇ ਥੋੜ੍ਹਾ ਸੇਕ ਦਿਆਂਗੇ ਥੋੜ੍ਹਾ ਜਿਹਾ ਗਰਮ ਕਰੀਏ ਆਪਣੇ ਆਪ ਨੂੰ ਅਤੇ ਉਸ ਤੋਂ ਬਾਅਦ ਜੋ ਮੇਰੇ ਕੰਮ ਪੈਂਡਿੰਗ ਪਏ ਉਹ ਕਰਾਂਗਾ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਹੁੰਦਾ ਗਾ ਅਤੇ ਲੇਕਿਨ ਮੇਰੇ ਕੱਪੜੇ ਬਹੁਤ ਜ਼ਿਆਦਾ ਇਸ ਵਕਤ ਗੰਦੇ ਹੋ ਚੁੱਕੇ ਨੇ ਡਸਟ ਬਹੁਤ ਪਈ ਪਈ ਆ ਸ਼ਾਇਦ ਕੈਮਰੇ 'ਚ ਨਹੀਂ ਦਿਖਾਈ ਦੇ ਰਹੀਗੀ ਅਤੇ ਨੈਕਸਟ ਹੁਣ ਚੱਲਦੇ ਆ ਦੁੱਧ ਪੀਣਾ ਜਾ ਕੇ ਮੰਮੀ ਦੇਗ ਕੱਢ ਲੈ ਇਹਨਾਂ 'ਚੋਂ ਹਾਂ ਕੱਢਤੀ ਸਾਰੀ ਕੱਢ ਲਓ ਦੇਗ ਮੈਂ ਵੀ ਨਹੀਂ ਖਾਧੀ ਹਾਲ ਤਾਂ ਹੁਣ ਉੱਥੇ ਖਾਇਆ ਸੀਗਾ ਅਤੇ ਹੁਣ ਲੈ ਲੰਗਰ ਛਕ ਲਿਆ ਸੀਗਾ ਹਾਂ ਹਾਂ ਠੰਡ ਮੰਮੀ ਸਰੀਰ ਨਹੀਂ ਨਹੀਂ ਲੱਗੀ ਜਿੰਨੀ ਮੈਨੂੰ ਹੁਣ ਲੱਗੀ ਠੰਡ ਆਉਂਦੇ ਹੋਏ ਹੋਰ ਹੁਣ ਤਾਂ ਮੇਰੇ ਹੱਥ 'ਚ ਵੀ ਠਰੇ ਪਏ ਨੇ ਇਸ ਵਕਤ ਅਤੇ ਆਹ ਦੇਖ ਮੰਮੀ ਵਿੱਚ ਪਾ ਕੇ ਪਿਆ ਹਾਲੇ ਆਹ ਦੇਖ ਦੇਗ ਪਈ ਹਾਲੇ ਆਹ ਕੱਢਣਾ ਆਹ ਵਿੱਚ ਲੱਗੇ ਦੇਗ ਆਹ ਆਹ ਦੇਗ ਲੱਗੀ ਮੰਮੀ ਸਾਰੀ ਕੱਢ ਲੈ ਦੇਖਾ ਗਰਮ ਹੈਗਾ ਹਾਂ ਗਰਮ ਆ ਅਤੇ ਇਹ ਹੁਣ ਪੀਂਦੇ ਹੈਗੇ ਓਕੇ ਬਾਹਰ ਲੱਗੇ ਅੰਗੀਠੀ ਜਾ ਕੇ ਸਿੱਖਦੇ ਹਾਂ ਅਤੇ ਇਹ ਰਿਹਾ ਪ੍ਰਸ਼ਾਦ ਇਹ ਵੀ ਖਾਂਦੇ ਹੈਗੇ ਬਸ ਅਤੇ ਇਹਨੂੰ ਪਾਉਣੀ ਆ ਇਹਦੇ ਵਿੱਚ ਅਤੇ ਫਿਰ ਪੀਂਦੇ ਹੈਗੇ ਮੈਂ ਸੇਕ ਰਿਹਾ ਇਸ ਵਕਤ ਅੰਗੀਠੀ ਉੱਤੇ ਸਬਜ਼ੀ ਰੱਖੀ ਹੋਈ ਆ ਸਬਜ਼ੀ ਕਾਹਦੀ ਅੱਜ ਬਾਕੀ ਹੁਣ ਸੇਕ ਰਿਹਾਂਗੇ ਠੰਡ ਲੱਗੀ ਜਾਂਦੀ ਹੈ ਬਹੁਤ ਜ਼ਿਆਦਾ ਅੰਗੀਠੀ ਚੱਲ ਰਹੀ ਹੈਗੀ ਅਤੇ ਮੇਰਾ ਦੁੱਧ ਆ ਪਿਆ ਹੈਗਾ ਅਤੇ ਪੀਂਦੇ ਹੈਗੇ ਅਤੇ ਪਹਿਲਾਂ ਹੱਥ ਸੇਕ ਲਈਏ ਥੋੜ੍ਹੇ ਜਿਹੇ A few moments later. Okay everyone, ਮੈਂ ਖਾ ਰਿਹਾ ਸੀ ਰਾਤ ਦਾ ਖਾਣਾ ਅਤੇ ਖਾਣੇ ਦੇ ਵਿੱਚ ਮੈਂ ਖਾ ਰਿਹਾ ਇਸ ਵਕਤ ਰਾਜਮਾਂਹ ਰੋਟੀ ਅਤੇ ਵਿੱਚ ਪਾਲੀ ਮੱਖਣੀ ਅਤੇ ਥੋੜ੍ਹੀ ਭੁੱਖ ਲੱਗੀ ਸੀਗੀ ਨੈਕਸਟ ਕੀ ਆਦਾ ਦਿਨ ਬਹੁਤ ਵਧੀਆ ਸੀਗਾ ਅਤੇ ਮੈਂ ਫਤਿਹਗੜ੍ਹ ਅਤੇ ਸਰਹੰਦ ਗਿਆ ਸੀਗਾ ਹੁਣ ਤੱਕ ਤੁਸੀਂ ਕੁਛ ਬਲੌਗ ਵਿੱਚ ਦੇਖ ਲਿਆ ਕਰੋ ਬਟ ਮੈਨੂੰ ਹੁਣ ਇੰਨੀ ਜ਼ਿਆਦਾ ਠੰਡ ਲੱਗ ਰਹੀ ਹੈ ਨਾ ਮੇਰਾ ਪੂਰਾ ਸਰੀਰ ਇਸ ਵਕਤ ਨਾ ਠੰਡ ਦੇ ਨਾਲ ਜਿਵੇਂ ਕਿ ਦੁਖਣ ਲੱਗ ਗਿਆ ਪਿਆ ਹੈਗਾ ਜਾਂਦੇ ਹੋਏ ਤਾਂ ਬਿਲਕੁਲ ਹੀ ਮੈਨੂੰ ਠੰਡ ਲੱਗੀ ਬਟ ਜੋ ਹੁਣ ਵਾਪਸੀ 'ਤੇ ਹੋਇਆ ਨਾ ਉਹ ਠੰਡ ਮੈਨੂੰ ਬਹੁਤ ਜ਼ਿਆਦਾ ਲੱਗ ਗਈ ਸਵੇਰ ਤਾਂ ਮੈਨੂੰ ਖਾਸ ਕੋਈ ਇੰਨਾ ਹੋਇਆ ਨਹੀਂ ਹੈਗਾ ਵੀ ਜ਼ਿਆਦਾ ਠੰਡ ਲੱਗੀ ਨਹੀਂ ਹੈਗੀ ਉਹ ਲੱਗਦੀ ਘੱਟ ਸੀ ਬਟ ਆਉਂਦੇ ਹੋਏ ਨਾ ਬਹੁਤ ਜ਼ਿਆਦਾ ਠੰਡ ਲੱਗੀ ਮੈਨੂੰ ਅਤੇ ਮੈਂ ਕਰ ਰਿਹਾ ਸੀ ਆਪਣਾ ਕੁਛ ਕੰਮ ਲੈਪਟੋਪ 'ਤੇ ਅਤੇ ਥੋੜ੍ਹਾ ਬਹੁਤ ਕਰਾਂਗਾ ਬਟ ਅੱਜ ਨੈੱਟ ਬਹੁਤ ਜ਼ਿਆਦਾ ਸਲੋਅ ਚੱਲ ਰਿਹਾ ਹੈਗਾ ਉਹ ਕੰਮ ਰਹਿ ਗਿਆ ਪੈਂਡਿੰਗ ਉਸ ਵੇਲੇ ਕਰ ਲੂੰਗਾ ਬਾਕੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਬਲੌਗ ਬਹੁਤ ਅੱਛਾ ਲੱਗਿਆ ਹੋਊਗਾ ਕੁਛ ਅੱਛਾ ਲੱਗਿਆ ਕੁਛ ਬੁਰਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਤੁਹਾਨੂੰ ਮਿਲਦਾ ਇੱਕ ਹੋਰ ਅੱਛੇ ਬਲੌਗ ਦੇ ਵਿੱਚ ਅੱਛੇ ਵੀਡੀਓ ਵਿੱਚ ਉਦੋਂ ਤੱਕ ਸਾਰੇ ਸਤਿ ਸ਼੍ਰੀ ਅਕਾਲ ਬਾਏ ਬਾਏ